कम पै गया है मेरे नाल थोड़ी देर दा, वे मैं जत्थों जत्थों कहनी है क्यों नहीं छेड़दा। कल टीवी सारे कोल हैगे सी, रंगीन साढ़े घर आया सी, ते उदों जदों महाभारत सीरियल रामायण सीरियल इकट्ठे हो के जदों पूरा वेड़ा भरदा सी ना, तां उह भाईचारा हुंदा सी जो असीं वेट करदे सी वी कद संडे आऊगा ते कद सारे साढ़े घर इकट्ठे होणगे। ਕਿਹਨੂੰ ਪਹਿਲੀ ਵਾਰ ਦੇਖ ਕੇ ਇੱਦਾਂ ਲੱਗਿਆ ਕਿ ਬਣੀ ਤੇਰੀ ਜਗ੍ਹਾ ਵੀ ਇੱਥੇ ਹੀ ਹੈ, ਤੂੰ ਵੀ ਪਰਦੇ ਤੇ ਹੀ ਹੋਣਾ ਚਾਹੀਦਾ ਹੈ। ਸ਼ਕਤੀਮਾਨ ਕਿੰਨੇ ਕੁ ਅੰਟੀਨੇ ਹਿਲਾਏ ਹੈ ਤੇ ਜਾਂ ਫਿਰ ਥੱਲੇ ਖੜੇ ਹੋ ਕੇ ਉੱਤੇ ਡਾਇਰੈਕਸ਼ਨਸ ਦਿੱਤੀਆਂ ਨੇ ਵੀ ਆ ਗਿਆ ਇੱਧਰ ਨੂੰ ਘੁਮਾ ਦੇ ਰਾਈਟ ਕਰ ਦੇ। ਅੰਟੀਨੇ ਵੀ ਹਿਲਾਇਆ, ਕਰੰਟ ਵੀ ਖਾਧਾ, ਡਾਇਰੈਕਸ਼ਨਸ ਵੀ ਦਿੱਤੀਆਂ ਵੀ ਨਹੀਂ ਇੱਧਰ ਨੂੰ DD2 ਚੱਲ ਪਿਆ, ਨਹੀਂ ਨਹੀਂ DD1 ਚ ਚਾਹੀਦਾ। ਹਾਂ ਥੀਏਟਰ ਤੋਂ ਅਸੀਂ ਮਿਲਦੇ ਰਹਿੰਦੇ ਸੀ ਚੰਗੀ ਤਰ੍ਹਾਂ, ਫਿਰ ਜਾਣ ਪਛਾਣ ਉਦੋਂ ਕਾਕਾ ਜੀ ਨਾਲ ਉਦੋਂ ਹੋਈ। ਬਹੁਤ ਹੀ ਪਿਆਰੇ ਇਨਸਾਨ ਸੀ ਅਤੇ ਨੇਕ ਰੂਹ ਦਿਲ ਦੇ ਸਾਫ ਇੰਜੋਏ ਕਰਨ ਵਾਲੇ ਸੀ ਅਤੇ ਸੱਚੀ ਮਿਸ ਕਰ ਰਹੇ ਉਹਨਾਂ ਨੂੰ ਅਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਔਨ ਸਕਰੀਨ ਤਾਂ ਤੁਸੀਂ ਸਾਨੂੰ ਸਾਡੀ ਕੈਮਿਸਟਰੀ ਦੇਖ ਕੇ ਇੰਜੋਏ ਵੀ ਕਰੋਗੇ, ਇਮੋਸ਼ਨਲ ਵੀ ਹੋਵੋਗੇ, ਸਾਡਾ ਬਹੁਤ ਵਧੀਆ ਪਿਆਰ ਦੇਗਾ। ਵੈਸੇ ਵੀ ਕੁਲਵਿੰਦਰ ਜੀ ਬਹੁਤ ਵਧੀਆ ਇਨਸਾਨ ਆ ਔਫ ਸਕਰੀਨ ਵੀ, ਅਤੇ ਉਹ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ। ਆਹ ਕਨਸੈਪਟ ਵੀ ਜਦੋਂ ਅਸੀਂ ਸ਼ੂਟ ਕਰਦੇ ਸੀ ਉਦੋਂ ਵੀ ਉਹ ਮਤਲਬ ਵੀ ਉਹਨਾਂ 'ਚ ਇਹ ਹੈ ਨਹੀਂ ਵੀ ਕੈਮਰੇ 'ਤੇ ਸਿਰਫ ਮੈਂ ਹੀ ਦਿਖਾਂ, ਉਹਨਾਂ ਨੂੰ ਵੀ ਜਿਹੜੇ ਬੰਦੇ ਦਾ ਸੀਨ ਹੈ, ਜੇ ਬਨੀ ਦਾ ਸੀਨ ਆ ਤਾਂ ਬਨੀ ਨੂੰ ਹੀ ਇੰਪੋਰਟੈਂਸ ਦਿਉ, ਚਾਹੇ ਮੈਂ ਵਿੱਚ ਸਾਇਲੈਂਟ ਹੀ ਖੜਾ। ਸੋ ਇੱਦਾਂ ਦੇ ਇਨਸਾਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਅੱਜ ਨਾ ਟੈਲੀਵਿਜ਼ਨ ਆ ਗਿਆ, ਉਹ ਵੀ ਸਿਨੇਮਾ ਘਰਾਂ ਦੇ ਵਿੱਚ। ਵੈਲ ਬਨੀ ਨਾਲ ਗੱਲ ਕਰਦੀ ਹਾਂ ਅਤੇ ਮੈਂ ਪੁੱਛਦੀ ਹਾਂ ਕਿ ਕਿੰਨਾ ਕੁ ਐਕਸਾਈਟਿੰਗ ਹੈ ਇਹ ਟੈਲੀਵਿਜ਼ਨ ਲੈ ਕੇ ਆਉਣਾ, ਕਿਉਂਕਿ ਟੈਲੀਵਿਜ਼ਨ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ ਔਰ ਟੈਲੀਵਿਜ਼ਨ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਇੰਨਾ ਟੈਲੀਵਿਜ਼ਨ ਕਿਉਂ ਹੋ ਰਿਹਾ ਹੁਣੇ ਦੱਸਦੀ ਹਾਂ। ਪਹਿਲੇ ਸਵਾਗਤ ਕਰ ਲਵਾਂ ਬਨੀ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਟੈਲੀਵਿਜ਼ਨ ਲਈ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਜੀ, ਸ਼ੁਕਰੀਆ। ਅੱਛਾ, ਵੈਸੇ ਟੈਲੀਵਿਜ਼ਨ ਸਿਨੇਮਾ ਘਰਾਂ ਦੇ ਵਿੱਚ ਆਇਆ ਹੈ ਨਾ, ਆਪਣੇ ਆਪ ਦੇ ਵਿੱਚ ਇੱਕ ਬੜੀ ਮਤਲਬ ਖੁਸ਼ੀ ਵਾਲੀ ਗੱਲ ਲੱਗਦੀ ਹੈ, ਕਿਉਂਕਿ ਪਿੰਡ ਦੇ ਵਿੱਚ ਵੀ ਜਦੋਂ ਟੈਲੀਵਿਜ਼ਨ ਆਉਂਦਾ ਸੀ ਅਤੇ ਕਿਸੇ ਦੇ ਘਰ ਆਉਂਦਾ ਸੀ, ਜਿਹਦੇ ਘਰ ਆਉਂਦਾ ਸੀ ਉਹਦੇ ਘਰ ਸਿਨੇਮਾ ਲੱਗ ਜਾਂਦਾ ਸੀ, ਅਤੇ ਅੱਜ ਸਿਨੇਮਾ ਦੇ ਵਿੱਚ ਟੈਲੀਵਿਜ਼ਨ ਲੱਗਣ ਜਾ ਰਹੀ ਹੈ। ਸੋ ਟੈਲੀਵਿਜ਼ਨ ਜਦੋਂ ਤੁਸੀਂ ਸੁਣਿਆ, ਪਹਿਲਾਂ ਜ਼ਿਹਨ ਦੇ ਵਿੱਚ ਤੁਹਾਡੇ ਕੀ ਥੋਟ ਆਇਆ, ਪਹਿਲਾਂ ਉਹ ਖਿਆਲ ਕਿਹੜਾ ਸੀ ਟੈਲੀਵਿਜ਼ਨ ਨੂੰ ਸੁਣਦੇ ਸਾਰੀ? ਐਕਚੁਅਲੀ ਜਦੋਂ ਮੈਨੂੰ ਸਟੋਰੀ ਸੁਣਾਈ ਗਈ ਨਾ ਵੀ ਟੈਲੀਵਿਜ਼ਨ 'ਤੇ ਕੋਈ ਇੱਦਾਂ ਦੀ ਫਿਲਮ ਬਣ ਰਹੀ ਹੈ, ਤਾਂ ਮੈਂ ਸਾਡੇ ਸਿਮਰ ਭਾਜੀ ਦਾ ਮੈਨੂੰ ਕਾਲ ਆਇਆ, ਕਹਿੰਦੇ ਵੀ ਆਪਾਂ ਇੱਦਾਂ ਦੀ ਫਿਲਮ ਕਰਨੀ ਹੈ। ਮੈਂ ਕਿਹਾ ਭਾਜੀ ਮੈਨੂੰ ਆਨਲਾਈਨ ਦੱਸ ਦਿਓ, ਉਹਨਾਂ ਨੇ ਆਨਲਾਈਨ ਦੱਸੀ, ਅਤੇ ਮੈਂ ਕਿਹਾ ਭਾਜੀ ਮੈਂ ਹੀ ਕਰਨੀ ਹੈ ਇਹ ਫਿਲਮ, ਅਤੇ ਤੁਸੀਂ ਜਿਵੇਂ ਕਰਨਾ ਕਰ ਲਓ, ਵੀ ਫਿਲਮ ਮੈਂ ਹੀ ਕਰਨੀ ਹੈ। ਅੱਛਾ, ਟੈਲੀਵਿਜ਼ਨ ਦੀ ਜੇਕਰ ਗੱਲ ਕਰੀਏ ਹੈ ਨਾ, ਕੀ ਯਾਦ ਆਉਂਦਾ ਜਦੋਂ ਪਿੱਛੇ ਜਾਂਦੇ ਹੋ ਜ਼ਿੰਦਗੀ ਦੇ ਵਿੱਚ? ਇਹ ਜਿਹੜਾ ਉਹ ਦੌਰ ਨਾ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ, ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਇੱਕੋ ਘਰ ਦੇ ਵਿੱਚ ਬੈਠ ਕੇ ਉਹ ਭਾਈਚਾਰਾ ਹੁੰਦਾ ਸੀ, ਉਹ ਅੱਜ ਕੱਲ੍ਹ ਆਪਾਂ ਮਿਸ ਕਰ ਰਹੇ ਹਾਂ, ਉਹ ਚੀਜ਼ਾਂ ਨਹੀਂ ਰਹੀਆਂ। ਜਿਵੇਂ ਸਾਡੇ ਘਰ ਦੇ ਵੀ ਦੱਸਦੇ ਹੁੰਦੇ ਆ, ਜਦੋਂ ਸਾਡੇ ਘਰ ਪਹਿਲਾਂ ਸਾਡੇ ਘਰ TV ਆਇਆ ਸੀ ਪੂਰੇ ਮੁਹੱਲੇ ਦੇ ਵਿੱਚ ਜਾਂ ਪਿੰਡ 'ਚ ਹੀ ਕਹਿ ਲਓ। ਹਾਂਜੀ, ਅਮੀਰ ਸੀਗੇ ਤੁਸੀਂ? ਨਹੀਂ, ਅਮੀਰ ਨਹੀਂ ਕਹਿ ਸਕਦੇ, ਉਹ ਡੈਡੀ ਸ਼ਾਇਦ ਗਵਰਨਮੈਂਟ ਜੋਬ ਕਰਦੇ ਸੀ, ਕਿਸ਼ਤਾਂ ਤਾਂ ਲੈ ਲਿਆ ਹੋਣਾ ਉਹਨਾਂ ਨੇ, ਅਤੇ ਸਾਡੇ ਘਰ ਹੀ ਲੈਂਦਾ ਸੀ ਰੰਗੀਨ TV। ਕੱਲ੍ਹ TV ਸਾਰੇ ਕੋਲ ਹੈਗੇ ਸੀ, ਰੰਗੀਨ ਸਾਡੇ ਘਰ ਆਇਆ ਸੀ, ਅਤੇ ਉਦੋਂ ਜਦੋਂ ਮਹਾਭਾਰਤ ਸੀਰੀਅਲ ਰਾਮਾਇਣ ਸੀਰੀਅਲ ਉਹ ਇਕੱਠੇ ਹੋ ਕੇ ਜਦੋਂ ਪੂਰਾ ਵਿਹੜਾ ਭਰਦਾ ਸੀ ਨਾ, ਤਾਂ ਉਹ ਭਾਈਚਾਰਾ ਹੁੰਦਾ ਸੀ ਜੋ ਅਸੀਂ ਵੇਟ ਕਰਦੇ ਸੀ ਵੀ ਕਦ ਸੰਡੇ ਆਊਗਾ ਅਤੇ ਕਦ ਸਾਰੇ ਸਾਡੇ ਘਰ ਇਕੱਠੇ ਹੋਣਗੇ। ਅਤੇ ਇੱਦਾਂ ਹੁੰਦਾ ਸੀਗਾ ਕਿ ਉਸ ਇੱਕ ਹਫ਼ਤੇ ਦੇ ਵਿੱਚ ਜਿਹਦੇ ਨਾਲ ਲੜਾਈ ਹੋਈ ਹੁੰਦੀ ਸੀ ਉਹਦੇ 'ਤੇ ਖਾਸ ਅੱਖ ਰਹਿੰਦੀ ਸੀ ਵੀ ਸੰਡੇ ਆ ਲੈਂਦੇ, ਇਹਨੂੰ ਨਹੀਂ ਵੜਨ ਦੇਣਾ TV ਦੇਖਣ। ਇਹ ਮੈਂ ਤਾਂ ਸੋਚਿਆ ਨਹੀਂ, ਕਿਉਂਕਿ ਤਕਰੀਬਨ ਸਾਡੇ ਨਾਲ ਤਾਂ ਸਾਰਿਆਂ ਦੀ ਬਣਦੀ ਹੋ ਸੀ, ਵਧੀਆ ਸੀ, ਬਟ ਇਹ ਹੋਣਾ ਕਿ ਵੀ ਕੰਨ ਜ਼ਰੂਰ ਭਰਦੇ ਸੀ ਵੀ ਉਹਨੂੰ ਨਾ ਬੁਲਾਇਆ ਕਰੋ, ਉਹ ਲੜਦਾ, ਕਲੇਸ਼ ਕਰਦਾ। ਹਾਂ, ਇਹ ਚੀਜ਼ਾਂ ਜ਼ਰੂਰ। ਅੱਛਾ ਬਨੀ, ਜਦੋਂ ਟੈਲੀਵਿਜ਼ਨ ਵੇਖਣਾ ਸ਼ੁਰੂ ਕੀਤਾ, ਕਿਹਨੂੰ ਪਹਿਲੀ ਵਾਰ ਦੇਖ ਕੇ ਇੱਦਾਂ ਲੱਗਿਆ ਕਿ ਬਨੀ ਤੇਰੀ ਜਗ੍ਹਾ ਵੀ ਇੱਥੇ ਹੀ ਹੈ, ਤੂੰ ਵੀ ਪਰਦੇ 'ਤੇ ਹੀ ਆਉਣਾ ਚਾਹੀਦਾ? ਸ਼ਕਤੀਮਾਨ ਮੁਕੇਸ਼ ਜੀ ਨੂੰ ਵੇਖ ਕੇ ਲੱਗਿਆ ਹੈ ਸ਼ਕਤੀਮਾਨ। ਅੱਛਾ, ਕਿੰਨੇ ਕੁ ਗੇੜੇ ਕੱਢਦੇ ਹੁੰਦੇ ਸੀ ਉੱਤੇ ਹੱਥ ਕਰਕੇ, ਹੈ ਨਾ? ਗੇੜੇ ਨਹੀਂ ਕੱਢੇ, ਜਦੋਂ ਟਰਾਈ ਕੀਤੀ ਸੀ, ਬਟ ਮੈਂ ਸੁਣਿਆ ਵੀ ਕੋਈ ਇੱਦਾਂ ਟਰਾਈ ਕਰਦਾ ਕਰਦਾ ਗਿਰ ਕੇ ਨਾ ਬੱਚੇ ਸੱਟ ਸੁੱਟ ਲੱਗੀ ਸੀ, ਪਰ ਆਪਾਂ ਕਦੇ ਟਰਾਈ ਨਹੀਂ ਕੀਤੀ, ਇੰਜੋਏ ਕਰਦੇ ਸੀ ਉਸ ਚੀਜ਼ ਨੂੰ। ਜਦੋਂ ਉਹ ਤੋਂ ਬਾਅਦ ਇੱਕ ਉਹਨਾਂ ਨੇ ਹੋਰ ਸ਼ੁਰੂ ਕੀਤਾ ਸੀ, ਮੈਸੇਜ ਦਿੰਦੇ ਸੀ ਠਹਿਰੋ, ਹੈ ਨਾ, ਵੀ ਇੱਕ ਸੋਸ਼ਲ ਮੈਸੇਜ ਦੇਣ ਲੱਗੇ ਸੀ, ਉਹ ਹੋਰ ਵੀ ਇੰਜੋਇਮੈਂਟ ਵਾਲੀ ਚੀਜ਼ ਹੁੰਦੀ ਸੀ। ਰਾਈਟ। ਸੋ ਟੈਲੀਵਿਜ਼ਨ ਅੱਜ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਸਮਾਰਟ TVs ਆ ਗਏ ਨੇ, ਲੇਕਿਨ ਇੰਨਾ ਦੂਰ ਕਰਤਾ ਹੈ ਟੈਲੀਵਿਜ਼ਨ ਜਿੱਦਾਂ ਜਿੱਦਾਂ ਪਿੱਛੇ ਜਾਂਦਾ ਗਿਆ, ਰਿਸ਼ਤਿਆਂ ਨੂੰ ਕੋਲ ਬੈਠੇ ਹੁੰਦੇ ਆ ਫਿਰ ਵੀ ਕੋਲ ਨਹੀਂ ਬੈਠੇ ਹੁੰਦੇ, ਹੈ ਨਾ? ਸੋ ਟੈਲੀਵਿਜ਼ਨ ਜੇ ਅੱਜ ਦੀ ਗੱਲ ਕਰੀਏ, ਬਨੀ ਜੀ ਤੁਹਾਡੇ ਘਰ ਦਾ ਖੁਦ ਦਾ ਮਾਹੌਲ ਹੈਗਾ ਕਿ ਇੱਕ ਸੀਰੀਅਲ ਜਾਂ ਇੱਕ ਫਿਲਮ ਅੱਜ ਵੀ ਵੇਖੀ ਜਾਂਦੀ ਹੈ ਪਰਿਵਾਰ ਨਾਲ ਬੈਠ ਕੇ? ਨਹੀਂ, ਇਹ ਤਾਂ ਹੁਣ ਘਰ ਘਰ ਦੀ ਸਟੋਰੀ ਹੋ ਗਈ, ਕਿਉਂਕਿ ਹਰ ਬੰਦੇ ਕੋਲ ਆਪਣੇ ਆਪਣੇ ਮੋਬਾਈਲ ਫੋਨਸ ਹੈ,
या क्योंकि एक किसी के दो दो भी हैं है ना, तो हर एक बंदा अपना अपना बिजी होंदा, बट ये भी कोशिश होंदा भी कोई चीज़ आवे कट्ठे बैठ के देखिए। हाँ इनफैक्ट खबरें कट्ठे बैठ के जरूर देख लें, हाँ सारा जो तो फैमिली होंगी कोई न्यूज़ चलती होंगी या वो कट्ठे, अदरवाइज तो सब अपना अपना बिजी हैं। बहुत न्यूक्लियर जहा काम हो गया अच्कल जी। मैं ट्रेलर देख रही थी, सो किन्ने का अंटीने हिलाए है तो या फिर थले खड़े होकर उत्ते डायरेक्शन दिते ने भी आ गया है इधर नु घुमा दे राइट कर दे। एंटीने भी हिलाए करंट भी खादा है, करंट भी खादा तो नहीं नॉर्मल नॉर्मल जो ज़्यादा होंगे फिर इतने थोड़ा खड़े होंगे। एंटीने घुमाए फिल्म च भी घुमाए उपर भी घुमाया डायरेक्शन भी दत्ती भी नहीं इधर डी डी टू चल पाया नहीं नहीं डी डी वन चाहिए हाँ उस बाद फिर टीवी लाने लगे है ना नंगे पैर होंगे टच कर लगे या कुछ हो गया तो करंट भी खादा तीन चार बार करंट खादा सोहना खादा। ओके सो जिद तुहाडे पापा गवर्नमेंट इंपलॉय सीगे सो इदां दे घरां दे माहौल थोड़े जे डिफरेंट होंगे है आम घरां नालों है ना, कुछ एक डिसिपलिन नू फॉलो किया जाता है कुछ एक रूल्स नू फॉलो किया जाता है, सो टीवी पिछे टैलीविजन वेखन पिछे कुटकट भी पई है। हाँ जी हाँ जी बथे पई है जी कुट पई है, वह जिहड़ा हुंदा नहीं सी इक वी पुराने टीवी होंदे सी टच टच करके घुमाउणा पैंदा सी, सानू गेम मिली हुई सी टक 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 घुमा देंदे सी ते फिर इदां वी हुंदा सीगा कि ओह टक 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 टुट जांदा सीगा ते प्लास दे नाल वी घुमांदे। हां जी हां जी इदां वी होया, इदां वी होया फिर ओह फिर साडे पिछे टक टक हुंदी सी करदा। अच्छा सब तो एक्सपेंसिव टीवी दी जेकर गल करिए जदों तुसी कमान लग गए ठीक है तुसी केड़ा लिया कदों लिया किवें लिया एंड किथे जाके लिया एंड सोच लिया सी या कमाई आन तो बाद सोचा भी घर च टीवी होना जरूरी है? टीवी तो नहीं लिया फोन जरूर लिया जी। अच्छा, फोन ही लिया टीवी तो मतलब कि वो वाला टीवी लिया जो हर एक दी जेब च वाला टीवी लिया। सो फिल्म दे विच देखे काका कौतकी जी भी हैगे ने है ना, सो इन्ना कम वो लॉकडाउन के दौरान करके जा चुके ने कि वो फिजिकल अपीयरेंस नहीं रखते पर हर फिल्म दे विच हर किरदार के जरिए सानू वेखन नू मिली जांदे है, सो उन्होंने नाल बॉन्डिंग की गल करिए फिल्म शूट करन की गल करिए या उन्होंने खासे उन्होंने वालों सुनाए गए किस्सों की गल करिए। देखो उन्हों की एक फिल्म सी जो हाईलाइट जो लाइम लाइट चाहे भज्जो वीरो भज्जू वीरो उन्होंने डायलॉग से मैं चक्या गंडासा तो वढ़ता सिर है ना, उस बार असं फिर इकट्ठे एक सैट पर इकट्ठे हुए निक्का जैलदार थ्री के सैट पर मैनू मिले, वैसे तो थिएटर तो अं मिलते रहेंगे सी चंगी तरह फिर जान पछाण उदों काका जी उदों हुई, बहुत ही प्यारे इंसान सी ते नेक रूह दिल दे साफ इंजॉय करन वाले सी ते सच्ची मिस कर रहे हैं उन्होंने ते परमात्मा उन्हां दी आत्मा नूं शांति देवे। कई बार कहिंदे हुंदे ने भी आफ्टर सट तो काफ़ी वड्डे सी ओह आफ्टर लोंग टाइम भी स्ट्रगल करन तो बाद उन्हां दा मसा एक वधिया टाइम आया सी धड़ा धड़ फिल्म आ रही, देखो उन्हां दे जाण तो बाद भी सत अठ फिल्म उन्हां दी आई गई तीन चार रिलीज़ ते तैयार ने, सो रियली असीं मिस कर रहे हैं उन्होंने। अच्छा मैंने एक गल दसो तुसी कितना मिस कर दे हो अपने स्ट्रगल नू उस मुकाम ते वेखन दे लई क्योंकि अज भी फिल्म हीरो दी कहाई जांदी है जबकि एक फिल्म जिहड़ी हुंदी है उहदा असल हीरो डायरेक्टर हुंदा जिहड़ा फिल्म नू बनाउंदा है फिर उसका हीरो हर वो करैक्टर हुंदा जिहड़ा उस दे विच जान पाउंदा है, लेकिन फिर भी तुसी एक परसनल तौर पर फील करदे हो किते ना किते कि थिएटर आर्टिस्ट होने के बावजूद किन्ना कम करन तो बावजूद अज भी वो इंपोर्टेंस जिहड़ी आ 19 दे फर्क दे नाल इंडस्ट्री दे विच वेखी जा रही है। तो हैगी है बट इदा कि चलो भी असं अपना जो भी काम करते हैं साडा काम इस्टैबलिश हुंदा है क्योंकि असं मेहनत करके करैक्टर करते हैं जो भी करते हैं तो सानू इस्टैबलिशमेंट उदों मिल जा इस्टैबलिश होकर जो सानू सैटिस्फैक्शन उदों मिल जाती जो सानू ऑडियंस अलग तो प्यार दिंदी है भी तुसी पिलर हो पूरी फिल्म दे तुसी फिल्म चाक के रखी या थोड़ा करैक्टर बहुत लोगों ने एप्रीशिएट किया, सो ये चीज़ा मन च ज़्यादा आउंदियां नहीं ठीक है भी एक स्टारडम हुंदा है, दो चीज़ा होंदियां ज़्यादा स्टार बन जाओ या एक्टर बन जाओ, असी एक्टर बस। ओके सो हुण तां जिद्दां एक अच्छे करैक्टर्स की गल कर लिए कॉमेडी की गल कर लिए अच्छी डायलॉग डिलीवरी की गल करिए सो तुहाडा नाम आता है, लेकिन पिंड की गल करिए स्कूल की गल करिए कि किस नाम तो छेड़ पई हुई सी तुहाडी? मैनू एक्चुअली मेरी छेड़ ज़्यादा पई नहीं क्योंकि मैं मोनीटर हुंदा सी क्लास दा। अच्छा कुटदे सी? कुटदा नहीं सी मैं, वो दूजा मोनीटर नहीं सी हाँ भी डंडे वाला, मैं पड़ाकू टाइप मोनीटर जिहा हुंदा सी भी ठीक है भी लोग मेरे तो डरदे सी उह पर वो तो बाद स्कूल की छुट्टी तो बाद मैं फिर फड़ भी लेंदे सी मेरे यार दोस्त अज बहुत प्यार उन्होंने गल्ल याद आती उन्होंने। अच्छा। छेड़ छुड़ मैंने पिठ पिछे रखी होनी पर फ्रंट पर नहीं कुछ कहते। उन्होंने यार दोस्तों के नाल खुद की कि फिल्म वेखन सिनेमाघर के गए थे जो अपने आप को स्क्रीन पर देखा तो छुट्टी तो बाद फड़न वाले यार दोस्त नाल दी सीटा पर बैठे स्कूल टाइम तो मैं कोई फिल्म नहीं देखी बंक मार के बाद चों अपनी तो मैं सारिया देखी पहली मेरी आर एस बी पी आई सी वो तो चलो मैं सारे ही देखी फैमिली देखी है, वैसे मैं तुम्हें दसदा भी जिहड़ी फिल्म लई असी लड़ाई हुई थी साडी एक बार पूरे इत्थे सिनेमे हॉल नाल रितिक रोशन दी आई सी फिल्म जी जादू कल कोई मिल गया हाँ
ਉੱਥੇ ਟਿਕਟਾਂ ਦਾ ਰੌਲਾ ਪੈ ਗਿਆ ਸੀ। ਉਹ ਅਸੀਂ ਮਤਲਬ ਮੈਂ ਇੱਥੇ ਗ੍ਰੈਜੂਏਸ਼ਨ 'ਚ ਜਦੋਂ ਇੱਥੇ ਚੰਡੀਗੜ੍ਹ ਪੜ੍ਹਨ ਆਇਆ ਤਾਂ ਉਦੋਂ ਪਹਿਲੀ ਵਾਰ ਇੱਥੇ ਦੇ ਮੁੰਡਿਆਂ ਨਾਲ ਫਿਲਮ ਦੇਖੀ। ਉਹ ਮੈਂ ਪਿੰਡੋਂ ਆਇਆ ਸੀ ਇੱਥੋਂ, ਇੱਥੇ ਮੁੰਡਿਆਂ ਨਾਲ ਫਿਲਮ ਦੇਖੀ ਵੀ ਕਿੰਨਾ ਇੱਥੇ ਕਰੇਜ਼ ਹੈ ਰਿਤਿਕ ਰੋਸ਼ਨ ਦਾ, ਹੈ ਨਾ। ਅਤੇ ਉਹ ਕਿਵੇਂ ਲੜਾਈ ਕਰੀ ਉਹਨਾਂ ਨੇ ਟਿਕਟਾਂ ਪਿੱਛੇ, ਕਿਵੇਂ ਐਂਟਰੀ ਕਰਕੇ ਹਾਊਸਫੁੱਲ ਪਹਿਲੀ ਵਾਰ ਦੇਖਿਆ ਸੀ ਮਾਹੌਲ। ਅੱਛਾ, ਲੜਾਈ ਝਗੜੇ ਦੀ ਗੱਲ ਤਾਂ ਤੁਸੀਂ ਕਰਤੀ, ਚੰਡੀਗੜ੍ਹ ਦੀ ਲਾਈਫ ਬਹੁਤ ਜ਼ਿਆਦਾ ਖਿੱਚਦੀ ਹੈ ਆਪਣੇ ਵੱਲ, ਹੈ ਨਾ। ਟ੍ਰੇਲਰ 'ਚ ਦੇਖਿਆ ਸਕੂਟਰ 'ਤੇ ਪਿੰਡ ਦੀਆਂ ਗੇੜੀਆਂ ਵੀ ਵੱਜ ਰਹੀਆਂ ਨੇ, ਅਤੇ ਚੰਡੀਗੜ੍ਹ ਦੀ ਗੇੜੀਆਂ ਤਾਂ ਵੈਸੇ ਬੜੀਆਂ ਮਸ਼ਹੂਰ ਨੇ। ਹੁਣ ਜਦੋਂ ਉਸ ਟਾਈਮ ਪੀਰੀਅਡ ਦੀ ਗੱਲ ਕਰੀਏ, ਕਿੰਨੀ ਕੁ ਗੇੜੀਆਂ ਯਾਦ ਆਉਂਦੀਆਂ? ਸਕੂਟਰ 'ਤੇ ਲੱਗਦੀਆਂ ਸੀ, ਗੱਡੀ 'ਚ ਲੱਗਦੀਆਂ ਸੀ, ਜਾਂ ਫਿਰ ਯਾਰਾਂ ਦੋਸਤਾਂ ਨੂੰ ਪਟਾਉਂਦੇ ਸੀਗੇ ਵੀ ਆਹ ਚੱਲ ਗੇੜੀ ਮਾਰਨ ਚੱਲੀਏ। ਅਤੇ ਕਿਹੜੀ ਰੂਟ ਦੀ ਗੇੜੀ ਸਭ ਤੋਂ ਵੱਧ ਜਿਹੜੀ ਹੈ ਤੁਸੀਂ ਮਾਰੀ ਹੈ? ਚੰਡੀਗੜ੍ਹ 'ਚ ਦੇਖੋ, ਮੈਂ ਤੁਹਾਨੂੰ ਦੱਸਦਾ, ਅਤੇ ਮੈਂ ਥੀਏਟਰ ਬਹੁਤ ਅਰਲੀ ਕਰਨ ਲੱਗ ਗਿਆ ਸੀ, ਜਿਵੇਂ ਬੰਦਾ ਯੂਥ ਫੈਸਟੀਵਲ ਸ਼ੁਰੂ ਹੁੰਦੇ ਨਾ ਕਾਲਜਸ ਦੇ ਵਿੱਚ, ਸੋ ਮੇਰਾ ਸ਼ਾਮ ਦਾ ਟਾਈਮ ਉੱਧਰ ਹੀ ਸਪੈਂਡ ਹੁੰਦਾ ਸੀ ਜ਼ਿਆਦਾਤਰ ਆਪਣਾ ਥੀਏਟਰ ਵਾਲੇ ਪਾਸੇ ਹੀ, ਤਾਂ ਮੈਂ ਗੇੜੀਆਂ ਗੁੜੀਆਂ ਬਹੁਤ ਘੱਟ ਮਾਰੀਆਂ। ਬਟ ਹਾਂ, ਕਿ ਮੇਰੇ ਕੋਲ ਬਾਈਕ ਹੁੰਦਾ ਸੀ, ਪੈਸ਼ਨ ਲਿਆ ਸੀ ਉਦੋਂ, ਅਤੇ ਮੇਰਾ ਬਾਈਕ ਜ਼ਰੂਰ ਲੈ ਕੇ ਜਾਂਦੇ ਹੁੰਦੇ ਸੀ ਮੇਰੇ ਯਾਰ ਦੋਸਤ। ਤੁਸੀਂ ਧੂਮ ਵਾਲੀ ਫੀਲਿੰਗ ਨਹੀਂ ਲਈ? ਨਹੀਂ, ਮੈਂ ਧੂਮ ਵਾਲੀ ਫੀਲਿੰਗ ਨਹੀਂ, ਬਿਲਕੁਲ ਵੀ ਨਹੀਂ ਲਈ। ਅੱਛਾ, ਵੈਸੇ ਕਿਹੜੀ ਫਿਲਮ ਸੀ ਜਿਸ ਨੂੰ ਵੇਖਣ ਤੋਂ ਬਾਅਦ ਪੇਰੈਂਟਸ ਨੇ ਕਿਹਾ ਵੀ ਬਣੀ ਸੱਚੀ ਪ੍ਰਾਊਡ ਆ ਸੀ ਤੁਹਾਡੇ 'ਤੇ? ਵੈਸੇ ਤਾਂ ਸਾਰੀਆਂ ਫਿਲਮਾਂ ਦੇਖਣ ਤੋਂ ਬਾਅਦ ਹੀ ਕਹਿੰਦੇ ਆ, ਅਤੇ ਇੱਕ ਫਿਲਮ ਮਤਲਬ ਵੀ ਥੋੜ੍ਹੀ ਕਹਿੰਦੇ ਵੀ ਤੁਸੀਂ ਸਿਨੇਮੇ ਦੇ ਵਿੱਚ ਲਾਈਫ ਹੀ ਮੇਰੀ ਚੇਂਜ ਕਰਤੀ ਸੀ, ਉਹ ਨਿੱਕਾ ਜ਼ੈਲ ਦਾ 2 ਬਹੁਤ ਕਰੈਕਟਰ ਐਪਰੀਸ਼ੀਏਟ ਹੋਇਆ ਸੀ, ਅਤੇ ਬੜਾ ਲਾਈਕ ਕੀਤਾ ਸੀ ਪੇਰੈਂਟਸ ਵੱਲੋਂ ਵੀ ਜਦੋਂ ਲਾਈਮ ਲਾਈਟ 'ਚ ਆਇਆ ਤਾਂ, ਹੈ ਨਾ। ਵੀ ਪਹਿਲਾਂ ਆਇਆ ਸੀ ਵੀ ਚਲੋ ਠੀਕ ਹੈ ਵੀ ਨੋਰਮਲ ਬੰਦੇ ਦੀ ਜਾਣ ਪਛਾਣ ਹੋ ਗਈ, ਬਟ ਉਸ ਕਰੈਕਟਰ ਨੇ ਤਾਂ ਇੱਕ ਮੈਨੂੰ ਇੱਕ ਵਧੀਆ ਲਾਈਨ 'ਚ ਖੜਾ ਕਰਤਾ ਸੀ ਵੀ ਬਨੀ ਐਗਜਿਸਟ ਕਰਦਾ ਕੋਈ ਜੀ। ਸੋ ਟੈਲੀਵਿਜ਼ਨ ਫਿਲਮ ਆ ਰਹੀ ਹੈ, ਕਿਸ ਤਰ੍ਹਾਂ ਦਾ ਬੌਂਡ ਜਿਹੜਾ ਹੈ ਆਫ ਸਕਰੀਨ ਕੁਲਵਿੰਦਰ ਜੀ ਦੇ ਨਾਲ ਤੁਸੀਂ ਸ਼ੇਅਰ ਕਰਦੇ ਹੋ? ਆਫ ਸਕਰੀਨ ਤਾਂ ਬਹੁਤ ਵਧੀਆ, ਹੁਣ ਵੀ ਬਾਈ ਉਹਨਾਂ ਨਾਲ ਜੋ ਵੀ ਆ ਗੱਲਾਂ ਪਤਾ ਚੱਲਦੀਆਂ, ਅਤੇ ਔਨ ਸਕਰੀਨ ਤਾਂ ਤੁਸੀਂ ਸਾਡੀ ਕੈਮਿਸਟਰੀ ਦੇਖ ਕੇ ਇੰਜੋਏ ਵੀ ਕਰੋਗੇ, ਇਮੋਸ਼ਨਲ ਵੀ ਹੋਵੋਗੇ, ਸਾਡਾ ਬਹੁਤ ਵਧੀਆ ਪਿਆਰ ਦੇਗਾ। ਵੈਸੇ ਵੀ ਕੁਲਵਿੰਦਰ ਜੀ ਬਹੁਤ ਵਧੀਆ ਇਨਸਾਨ ਆ ਆਫ ਸਕਰੀਨ ਵੀ, ਅਤੇ ਉਹ ਸਭ ਨੂੰ ਨਾਲ ਲੈ ਕੇ ਚੱਲਦੇ ਆ। ਅਤੇ ਮੈਨੂੰ ਥੋੜ੍ਹੇ ਦਿਨ ਪਹਿਲਾਂ ਹੀ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਵੀ ਤੁਹਾਨੂੰ ਆਇਆ ਨਹੀਂ ਕਾਲ ਇੰਟਰਵਿਊ ਲਈ? ਮੈਂ ਕਿਹਾ ਵੀਰੇ ਆ ਚੁੱਕਿਆ, ਕਹਿੰਦਾ ਚਲੋ ਆਪਾਂ ਇਕੱਠੇ ਕਰਾਂਗੇ ਇੰਟਰਵਿਊ। ਮਤਲਬ ਵੀ ਉਹ ਇੱਕ ਟੀਮ ਵਰਕਰ ਨੇ, ਵੀ ਟੀਮ ਨੂੰ ਨਾਲ ਲੈ ਕੇ ਚੱਲਦੇ ਨੇ। ਆਹ ਕਨਸੈਪਟ ਵੀ ਜਦੋਂ ਅਸੀਂ ਸ਼ੂਟ ਕਰਦੇ ਸੀ ਉਦੋਂ ਵੀ ਉਹ ਮਤਲਬ ਵੀ ਉਹਨਾਂ 'ਚ ਇਹ ਹੈ ਨਹੀਂ ਵੀ ਕੈਮਰੇ 'ਤੇ ਸਿਰਫ ਮੈਂ ਹੀ ਦਿਖਾਂ, ਉਹਨਾਂ ਨੂੰ ਵੀ ਜਿਹੜੇ ਬੰਦੇ ਦਾ ਸੀਨ ਹੈ, ਜੇ ਬਨੀ ਦਾ ਸੀਨ ਹੈ ਤਾਂ ਬਨੀ ਨੂੰ ਹੀ ਇੰਪੋਰਟੈਂਸ ਦਿਓ, ਚਾਹੇ ਮੈਂ ਵਿੱਚ ਸਾਇਲੈਂਟ ਹੀ ਖੜਾ। ਸੋ ਇੱਦਾਂ ਦੇ ਇਨਸਾਨ ਨੇ। ਸੋ ਅਸੀਂ ਫੁੱਲ ਔਨ ਇੰਪੋਰਟੈਂਸ ਐਂਡ ਫੁਟੇਜ ਬਨੀ ਜੀ ਨੂੰ ਹੀ ਦੇ ਰਹੇ ਹਾਂ, ਕਿਉਂਕਿ ਗੱਲਬਾਤ ਹੀ ਉਹਨਾਂ ਨਾਲ ਹੋ ਰਹੀ ਹੈ। ਸੋ ਇੱਕ ਡਾਇਲੋਗ ਹੋ ਜਾਵੇ ਟੈਲੀਵਿਜ਼ਨ ਦਾ ਜਾਂ ਕਿਸੇ ਹੋਰ ਫਿਲਮ ਦਾ, ਤੁਹਾਡਾ ਜਿਹੜਾ ਮਰਜ਼ੀ ਫੇਵਰੇਟ। ਮੇਰੀ ਹੁਣ ਫਿਲਮ ਆਈ ਹੈ ਤਾਜ਼ਾ ਸ਼ੇਰ ਬੱਗਾ ਟ੍ਰੇਲਰ ਦੇਖਿਆ ਹੋਣਾ ਤੁਸੀਂ, ਹੈ ਨਾ। ਤਾਂ ਉਹਦਾ ਡਾਇਲੋਗ ਹੈ, ਕਹਿੰਦਾ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ, ਕਹਿੰਦਾ ਪੱਕਾ ਮੁਜਰਾ ਕਰਾਉਂਦਾ ਹੋਣਾ, ਕੰਮ ਪੈ ਗਿਆ ਏ ਮੇਰੇ ਨਾਲ ਥੋੜ੍ਹੀ ਦੇਰ ਦਾ, ਵੇ ਮੈਂ ਜਿੱਥੋਂ ਜਿੱਥੋਂ ਕਹਿੰਦੀ ਹੈ ਕਿਉਂ ਨਹੀਂ ਛੇੜਦਾ। ਓਕੇ, ਸੋ ਬੜਾ ਪੁਰਾਣਾ ਗਾਣਾ ਹੈ, ਮੈਨੂੰ ਲੱਗਦਾ ਕਿ ਕਾਫੀ ਜਣਾਂ ਨੂੰ ਸੁਣ ਕੇ ਬਹੁਤ ਕੁਝ ਯਾਦ ਆਇਆ ਹੋਣਾ ਇਸ ਗੀਤ ਨੂੰ। ਐਂਡ ਉਧਰੋਂ ਜਿਵੇਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਮੈਸੇਜ ਵੀ ਆਏ ਵੀ ਇਹ ਤੁਸੀਂ ਕਿਵੇਂ ਫਿਲਮ 'ਚ ਪਾਤਾ, ਇਹ ਤਾਂ ਬਹੁਤ ਫੇਮਸ ਗਾਣਾ ਸਾਡੇ ਇੱਧਰ ਦਾ ਵੀ। ਰਾਈਟ, ਸੋ ਇਸੇ ਤਰ੍ਹਾਂ ਟੈਲੀਵਿਜ਼ਨ ਵੀ ਘਰ ਘਰ ਦੀ ਕਹਾਣੀ ਹੈ, ਐਂਡ ਇਸੇ ਘਰ ਘਰ ਦੀ ਕਹਾਣੀ ਨੂੰ ਹੁਣ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਲੈ ਕੇ ਆ ਰਹੇ ਹੋ। ਸੋ ਮੈਨੀ ਕੰਗਰੈਚੁਲੇਸ਼ਨਸ ਟੂ ਯੂ ਐਂਡ ਪੂਰੀ ਟੀਮ ਟੈਲੀਵਿਜ਼ਨ ਦੀ ਐਂਡ ਆਡੀਅੰਸ। ਇੱਕ ਗੱਲ ਹੋਰ ਵੀ ਐਡ ਕਰਨਾ ਚਾਹਾਂਗਾ ਕਿ ਜਿਨ੍ਹਾਂ ਕਰਕੇ ਇਹ ਫਿਲਮ ਬਣੀ ਤਾਂ ਉਹਨਾਂ ਦਾ ਨਾਮ ਲੈਣਾ ਮਤਲਬ ਵੀ ਮੈਂ ਪਹਿਲਾਂ ਨਹੀਂ ਲਿਆ ਤਾਂ ਮਾਫੀ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਰਾਈਟਰ ਮਨੀ ਮਨਜਿੰਦਰ, ਉਸਨੇ ਫਿਲਮ ਲਿਖੀ ਹੈ ਅਤੇ ਡਾਇਰੈਕਟ ਕੀਤੀ ਹੈ ਤਾਜ ਨੇ, ਅਤੇ ਫਿਲਮ ਨੂੰ ਸੁਪਰਵਾਈਜ਼ ਕੀਤਾ ਸਿਮਰਜੀਤ ਸਿੰਘ ਭਾਜੀ ਨੇ, ਜਿਹੜੇ ਅੰਗਰੇਜ਼ ਫਿਲਮ ਦੇ ਡਾਇਰੈਕਟਰ ਨੇ, ਅਤੇ ਪ੍ਰੋਡਿਊਸ ਵੀ ਉਹਨਾਂ ਨੇ ਕੀਤੀ ਹੈ, ਅਤੇ ਸਾਗਾ ਕੰਪਨੀ ਇਸ ਨੂੰ ਅੱਗੇ ਵੱਡੇ ਲੈਵਲ 'ਤੇ ਰਿਲੀਜ਼ ਕਰ ਰਹੀ ਹੈ, ਉਹ ਵੀ ਵਿੱਚ ਵਨ ਆਫ ਦਾ ਵਨ ਪ੍ਰੋਡਿਊਸਰ ਨੇ। ਜੇ ਐਜ਼ ਐਨ ਆਡੀਅੰਸ ਗੱਲ ਕੀਤੀ ਜਾਵੇ ਇਨ ਦਾ ਐਂਡ, ਬਨੀ ਟੈਲੀਵਿਜ਼ਨ ਫਿਲਮ ਦੀ ਵੇਟ ਕਿਉਂ ਕਰ ਰਹੇ ਨੇ, ਉਹ ਕੀ ਵੇਖਣਾ ਚਾਹੁੰਦੇ ਨੇ, ਜਾਂ ਕੀ ਕਿਹੜਾ ਇੱਕ ਫੈਕਟਰ ਹੈ ਜਿਸ ਨੂੰ ਬਨੀ ਚਾਹੁੰਦੇ ਨੇ ਵੀ ਮੈਂ ਹੁਣ ਫਿਲਮ ਰਿਲੀਜ਼ ਹੋ ਜਾਵੇ ਅਤੇ ਸਿਨੇਮਾ ਘਰ ਦੇ ਵਿੱਚ ਬਹਿ ਕੇ ਮੈਂ ਆਹ ਚੀਜ਼ ਵੇਖਣੀ ਹੈ? ਇੱਕ ਤਾਂ ਦੇਖੋ ਕਨਸੈਪਟ ਬਹੁਤ ਵਧੀਆ, ਦੂਜਾ ਅਸੀਂ ਮਿਹਨਤ ਬਹੁਤ ਕੀਤੀ ਆ ਉਸ ਚੀਜ਼, ਅਤੇ ਤੀਜਾ ਮੇਰਾ ਕਰੈਕਟਰ ਆਪਣਾ ਜਿਹੜਾ ਮੈਂ ਹਰ ਫਿਲਮ 'ਚ ਮੈਂ ਕੋਸ਼ਿਸ਼ ਕਰਦਾ ਵੀ ਡਿਫਰੈਂਟ ਕਰਾਂ, ਇਸ ਵਿੱਚ ਵੀ ਮੈਂ ਡਿਫਰੈਂਟ ਕਰੈਕਟਰ ਕੀਤਾ, ਅਤੇ ਬੰਦੇ ਨੂੰ ਇੱਛਾ ਰਹਿੰਦੀ ਵੀ ਮੈਂ ਦੇਖਾਂ ਵੀ ਸਕਰੀਨ 'ਤੇ ਮੈਂ ਕਿੱਦਾਂ ਦਾ ਲੱਗ ਰਿਹਾ। ਸੋ ਇਹ ਤਿੰਨ ਚਾਰ ਚੀਜ਼ਾਂ ਦੀ ਵੇਟ ਹੈ, ਮਤਲਬ ਵੀ ਰੀਅਲੀ ਐਕਸਾਈਟਿਡ ਹਾਂ ਮੈਂ। ਓਕੇ, ਸੋ ਵੀ ਆਰ ਐਕਸਾਈਟਿਡ ਟੂ, ਐਂਡ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਐਂਡ ਦੁਆਵਾਂ। ਸੋ ਥੈਂਕ ਯੂ ਸੋ ਵੈਰੀ ਮੱਚ ਜੀ। ਬਿਲਕੁਲ, ਤੁਸੀਂ ਵੇਖਦੇ ਰਹੋ ਸਿਨੇ ਪੰਜਾਬੀ, ਐਂਡ ਟੈਲੀਵਿਜ਼ਨ 'ਤੇ ਆਪਾਂ ਸਾਰਿਆਂ ਨੇ ਵੇਖਣਾ ਹੀ ਹੈ, ਕਿਉਂਕਿ ਪਹਿਲੇ ਟੈਲੀਵਿਜ਼ਨ ਕਰਕੇ ਘਰਾਂ ਦੇ ਵਿੱਚ ਸਿਨੇਮਾ ਯਾਨੀ ਕਿ ਮਜਬਾ ਲੱਗਦਾ ਹੁੰਦਾ ਸੀਗਾ, ਅਤੇ ਹੁਣ ਸਿਨੇਮਾ ਘਰ ਦੇ ਵਿੱਚ ਟੈਲੀਵਿਜ਼ਨ ਲੱਗੇਗੀ। ਸੋ ਦੇਖਣਾ ਤਾਂ ਬਣਦਾ ਹੀ ਹੈ, ਆਫਟਰ ਲੌਂਗ ਸਾਰੇ ਇਕੱਠੇ ਬੈਠ ਕੇ ਦੇਖਾਂਗੇ ਤੁਸੀਂ ਅਸੀਂ ਟੈਲੀਵਿਜ਼ਨ। ਫਿਲਹਾਲ ਵੇਖਦੇ ਰਹੋ ਸਿਨੇ ਪੰਜਾਬੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।